ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਸ਼ੀਤ ਕੌਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਰਕਾਰ ਸਹਿਕਾਰੀ ਸੰਸਥਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਤਿਰੂਵਨੰਤਪੁਰਮ ਸੈਂਟਰਲ ਰੇਲਵੇ ਸਟੇਸ਼ਨ ਤੋਂ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਅਨੁਸਾਰ ਭਾਰਤ ਵਿਰੁੱਧ ਸਰਹੱਦ ਪਾਰੋਂ ਆਤਵਾਦ ਵਿੱਚ ਸ਼ਾਮਿਲ ਕਿਸੇ ਗਵਾਂਡੀ ਨਾਲ ਗੱਲਬਾਤ ਕਰਨਾ ਮੁਸ਼ਕਿਲ ਹੈ ਜਲੰਧ ਦੇ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਤੇ ਮੌਸਮ ਵਿਭਾਗ ਨੇ 27 ਤੋਂ 29 ਅਪ੍ਰੈਲ ਤੱਕ ਮੌਸਮ ਦੇ ਇੱਕ ਵਾਰ ਫਿਰ ਵਿਗੜਨ ਦੀ ਸੰਭਾਵਨਾ ਦੱਸਦਿਆਂ yellow alert ਕੀਤਾ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੇਰਲ ਦੌਰੇ ਤੇ ਅੱਜ ਦੂਜੇ ਦਿਨ ਤਿਰੂਨੰਦਪੁਰਮ ਸੈਂਟਰ ਰੇਲਵੇ ਸਟੇਸ਼ਨ ਤੋਂ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਚੰਦੀ ਦਿਖਾ ਕੇ ਰਵਾਨਾ ਕੀਤਾ ਇਹ ਵੰਦੇ ਭਾਰਤ ਤਿਰੂਨੰਦਪੁਰਮ ਅਤੇ ਕਾਸਰਗੋਡ ਵਿਚਾਲੇ ਚੱਲੇਗੀ ਤੇ ਤਕਰੀਬਨ 588 ਕਿਲੋਮੀਟਰ ਦੀ ਦੂਰੀ 8 ਘੰਟਿਆਂ ਵਿੱਚ ਪੂਰਾ ਕਰੇਗੀ ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਰੇਲ ਗੱਡੀ 'ਚ ਸਫ਼ਰ ਕਰ ਰਹੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਕਫਾ ਪ੍ਰੋਜੈਕਟਾਂ ਨੂੰ ਦੇਸ਼ ਨੂੰ ਸਮਰਪਿਤ ਕੀਤਾ ਅਤੇ ਨੀ ਪੱਥਰ ਰੱਖਿਆ ਉਨ੍ਹਾਂ ਕੋਚੀ ਵਾਟਰ ਮੈਟਰੋ ਵੀ ਦੇਸ਼ ਨੂੰ ਸਮਰਪਿਤ ਕੀਤਾ तिरुनंदपुरम में एक स्मारकनु संबोधन कर प्रधानमंत्री नरेंद्र मोदी ने कहा कि भारत की तरक्की और खुशहाली ਲਈ सरकार सहकारी संघवाद को प्रोत्साहित कर रही है उन्होंने कहा कि सरकार सूबियों के विकास को भारत के विकास के लिए जरूरी मानती है के इस मजबूत भरोसे के पीछे अनेक कारण है पहला केंद्र में एक निर्णायक सरकार भारत के हित में बड़े फैसले लेने वाली सरकार दूसरा केंद्र सरकार द्वारा आधुनिक इंफ्रास्ट्रक्चर पर अभूतपूर्व निवेश तीसरा अपनी डेमोग्राफी यानी युवाओं के स्किल पर इन्वेस्टमेंट और चौथा ईज ऑफ लिविंग और ईज ऑफ डूइंग बिजनेस को लेकर केंद्र सरकार का कमिटमेंट हमारी सरकार कोऑपरेटिव फेडरलिज्म पर बल देती है राज्यों के विकास को देश के विकास का सूत्र मानती है केरला का विकास होगा तो भारत का विकास और तेज होगा हम इस सेवा भावना के साथ काम कर रहे हैं ਆਕਾਸ਼ਵਾਣੀ ਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰਧਾਨ ਮੰਤਰੀ ਦੇ ਮਨ ਦੀ ਬਾਤ ਪ੍ਰੋਗਰਾਮ ਦਾ 100ਵਾਂ ਐਪੀਸੋਡ 30 ਅਪ੍ਰੈਲ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਪਾਤੀ ਪਰਪੈਂਡੈਂਟ ਸਥਾਨੇ ਆਈਆਈਐਮ ਰੋਟਕ ਅਤੇ ਪ੍ਰਸਾਰ ਪਾਤੀ ਨੇ ਮਨ ਦੀ ਬਾਤ ਪਰ ਇੱਕ ਸਰਵੇਖਣ ਕੀਤਾ ਹੈ। ਸਰਵੇਖਣ ਵਿੱਚ 15 ਸਾਲ ਤੋਂ ਵੱਧ ਉਮਰ ਦੇ 10000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਇਹ ਅੰਕੜੇ ਦੇਸ਼ ਦੇ ਉਤਰੀ ਦੱਖਣੀ ਪੂਰਬੀ ਅਤੇ ਪੱਛਮੀ ਖੇਤਰਾਂ ਤੋਂ ਨਮੂਨੇ ਰਾਹੀਂ ਇਕੱਠੇ ਕੀਤੇ ਗਏ ਇਸ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਨ ਕੀ ਬਾਤ ਪ੍ਰੋਗਰਾਮ ਨੇ ਲੋਕਾਂ ਤੇ ਹਾਂ ਪੱਕੀ ਅਸਰ ਪਾਇਆ ਹੈ ਤੇ ਉਹਨਾਂ ਵਿੱਚ ਖੁਸ਼ੀ ਤੇ ਆਸ਼ਾਵਾਦ ਦੀ ਭਾਵਨਾ ਪੈਦਾ ਕੀਤੀ ਹੈ ਇੱਕ ਰਿਪੋਰਟ ਸਰਵੇਖਣ ਦਾ ਸਿਰਲੇਖ ਮਨ ਕੀ ਬਾਤ ਦੇ ਸਰੋਤਿਆਂ ਦੇ ਹੰਗਾਰੇ ਅਤੇ ਭਾਵਨਾਵਾਂ ਦਾ ਵਿਸ਼ਲੇਸ਼ਣ IIM ਰੋहतक ਦੇ ਡਾਇਰੈਕਟਰ ਪ੍ਰੋਫੈਸਰ ਧੀਰਜ ਪੀ ਸ਼ਰਮਾ ਨੇ ਨਵੀਂ ਦਿੱਲੀ ਵਿੱਚ ਦੱਸਿਆ ਕਿ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਮਨ ਕੀ ਬਾਤ ਪ੍ਰੋਗਰਾਮ ਬਾਰੇ ਤਕਰੀਬਨ 96% ਲੋਕ ਜਾਣੂ ਨੇ ਅਤੇ 100 ਕਰੋੜ ਤੋਂ ਵੱਧ ਲੋਕ ਇਸ ਨੂੰ ਘੱਟੋ-ਘੱਟ ਇੱਕ ਵਾਰ ਸੁਣ ਚੁੱਕੇ ਨੇ 23 ਕਰੋੜ ਲੋਕਾਂ ਨੇ ਪ੍ਰੋਗਰਾਮ ਨੂੰ ਨਿਯਮਿਤ ਤੌਰ ਤੇ ਸੁਣਿਆ ਜਾਂ ਦੇਖਿਆ ਹੈ ਜਦਕਿ 41 ਕਰੋੜ ਲੋਕ ਅਜੇ ਹਨ ਜਿਨ੍ਹਾਂ ਕੋਲ ਕਦੇ-ਕਦਹੀਂ ਸਰੋਤਿਆਂ ਤੋਂ ਨਿਯਮਿਤ ਸਰੋਤਿਆਂ ਵਿੱਚ ਤਬਦੀਲ ਹੋਣ ਦੀ ਗੁੰਜਾਇਸ਼ ਹੈ ਪ੍ਰੋਫੈਸਰ ਸ਼ਰਮਾ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਚਾਰ ਦਾ ਤਰੀਕਾ ਅਤੇ ਉਹਨਾਂ ਦਾ ਵਿਆਪਕ ਗਿਆਨ ਦਸ਼ਕਾਂ ਨੂੰ ਪਾਵਨਾਤਮਕ ਤੌਰ ਤੇ ਜੋੜਦਾ ਹੈ ਅਤੇ ਮਨਕੀ ਬਾਤ ਤੇ ਸਰੋਤਿਆਂ ਦੀ ਵੱਧੀ ਗਿਣਤੀ ਦਾ ਇਹ ਹੀ ਮੁੱਖ ਕਾਰਨ ਹੈ हाउस मेट्स हैं जो दूध बेच रहे हैं जो चाय बना रहे हैं स्टूडेंट्स हैं विद्यार्थी के अलावा टीचर्स हैं सबसे एक बहुत बड़ा सैंपल दस हज़ार तीन लोगों का सैंपल लेने के बाद उसके बाद हमने ये यूजेबल सैंपल है सैंपल तो इससे बड़ा था तकरीबन ग्यारह बारह हजार और बड़ा सैंपल था उसमें से कुछ अनफिल्ड क्वेश्चन रह गए तो इतने बड़े सैंपल को पूरी स्टेट से लेने के बाद जब हमने उसको निकाला तो हमें ये निष्कर्ष मिलता है कि तकरीबन छियानवे जो लोग हैं ਉਹ ਮਨ ਦੀ ਬਾਤ ਕੇ ਬਾਰੇ ਮੇ ਜਾਣਤੇ ਹੈ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ 44.7 ਫੀਸਦ ਲੋਕਾਂ ਨੇ ਟੈਲੀਵਿਜ਼ਨ ਰਾਹੀਂ ਮਨ ਦੀ ਬਾਤ ਸੁਣਨਾ ਜਾਂ ਦੇਖਣਾ ਪਸੰਦ ਕੀਤਾ ਜਦਕਿ 37.6 ਫੀਸਦ ਲੋਕਾਂ ਨੇ ਮੋਬਾਈਲ ਫੋਨ ਰਾਹੀਂ ਇਹ ਪ੍ਰੋਗਰਾਮ ਸੁਣਿਆ ਸਿਰਫ 17.6 ਫੀਸਦ ਲੋਕਾਂ ਨੇ ਰੇਡੀਓ ਰਾਹੀਂ ਮਨ ਦੀ ਬਾਤ ਪ੍ਰੋਗਰਾਮ ਨੂੰ ਸੁਣਿਆ ਹੈ मन की बात सुनने 60 तो फीसद ने राष्ट्र निर्माण योगदान दिलचस्पी दिखाई उनाहठ फीसद ने सरकार भरोसा प्रगटाया प्रसार भारती सीईओ गौरव द्विवेदी ने कहा कि मन की बात प्रोग्राम राही लोगों का देश प्रति प्यार है जिसमें कि युवाओं के इश्यूज़ हैं हमारी प्रकृति और संरक्षण से संबंधित विषय हैं हमारी जो सेनाएं हैं उनके संबंध में जो इश्यूज़ हैं और भारत की जो वैज्ञानिक उपलब्धियां हैं उनके बारे में लोग जानना चाहते माध्यम से राष्ट्र के प्रति जो लोगों का प्रेम है राष्ट्र के प्रति जो समर्पण है उस भावना को भी बल मिला है मन की बात प्रोग्राम के प्रसारण हर मन प्यारा होने का अंदाजा इस गल भी लगाया जा सकता है कि ये देश दार भाषा में प्रसारित हो रहा है ਸੰਸਕ੍ਰਿਤ ਅਤੇ ਸੁਣਨ ਤੇ ਬੋਲਣ ਤੋਂ ਅਸਮਰਥ ਵਿਅਕਤੀਆਂ ਦੀ ਭਾਸ਼ਾ ਵਿੱਚ ਵੀ ਇਸ ਦਾ ਪ੍ਰਸਾਰਣ ਹੁੰਦਾ ਹੈ ਦੁਨੀਆ ਦੀਆਂ ਹੋਰ 11 ਭਾਸ਼ਾਵਾਂ ਵਿੱਚ ਮਨ ਕੀ ਬਾਤ ਦਾ ਪ੍ਰਸਾਰਣ ਕੀਤਾ ਜਾਂਦਾ ਹੈ 65% ਲੋਕ ਹਿੰਦੀ ਵਿੱਚ 18% ਅੰਗਰੇਜ਼ੀ ਵਿੱਚ ਅਤੇ ਬਾਕੀ ਲੋਕ ਹੋਰਨਾਂ ਭਾਸ਼ਾਵਾਂ ਵਿੱਚ ਇਸ ਪ੍ਰੋਗਰਾਮ ਦੇ ਪ੍ਰਸਾਰਣ ਨੂੰ ਸੁਣਦੇ ਜਾਂ ਦੇਖਦੇ ਨੇ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਕਿਸੇ ਨੇ ਠੀਕ ਹੀ ਕਿਹਾ ਹੈ ਕੋਈ ਵੀ ਦੋਸਤ ਕਿਤਾਬ ਜਿੰਨਾ ਵਫਾਦਾਰ ਨਹੀਂ ਹੁੰਦਾ ਉਹ ਦੁਨੀਆ ਲਈ ਇੱਕ ਖਿੜਕੀ ਵਾਂਗ ਨੇ ਪੜਨਾ ਇੱਕ ਆਨੰਦ ਹੈ ਤੇ ਕਿਤਾਬਾਂ ਇੱਕ ਅਸਲੀ ਖਜ਼ਾਨਾ ਨੇ 26 ਦਸੰਬਰ 2021 ਨੂੰ ਪ੍ਰਸਾਰਿਤ ਮਨ ਕੀ ਬਾਤ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਾਧਤ ਨੂੰ ਵਿਕਸਿਤ ਕਰਨ ਦੀ ਸਲਾਹ ਦਿੱਤੀ ਸਾਥਿਓ ਸਾਥਿਓ ਕਿਤਾਬਾਂ ਸਿਰਫ ਗਿਆਨ ਹੀ ਨਹੀਂ ਦਿੰਦੀ ਬਲਕਿ ਵਿਅਕਤੀਤਵ ਵੀ ਸਵਾਰਦੀ ਹੈ जीवन को भी घटती है किताबें पढ़ने का शौक एक अद्भुत संतोष देता है आजकल मैं देखता हूं कि लोग ये बहुत गर्व से बताते हैं कि इस साल मैंने इतनी किताबें पढ़ी अब आगे मुझे ये किताबें और पढ़नी है ये एक अच्छा ट्रेंड है जिसे और बढ़ाना चाहिए ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਪਾਕਿਸਤਾਨ ਤੇ ਨਿਸ਼ਾਨਾ ਸਾਥ ਤਿਆ ਗਿਆ ਕਿ ਭਾਰਤ ਵਿਰੁੱਧ ਸਰਹੱਦ ਪਰੋਂ ਆਤਵਾਦ ਵਿੱਚ ਸ਼ਾਮਿਲ ਕਿਸੇ ਗਵਾਂਡੀ ਨਾਲ ਗੱਲਬਾਤ ਕਰਨਾ ਮੁਸ਼ਕਿਲ ਹੈ ਪਨਾਮਾ ਸਿਟੀ ਵਿੱਚ ਪਨਾਮਾ ਦੇ ਵਿਦੇਸ਼ ਮੰਤਰੀ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨੂੰ ਸਰਹੱਦ ਪਰੋਂ ਆਤਵਾਦ ਨੂੰ ਉਤਸ਼ਾਹਿਤ ਨਾ ਕਰਨ ਅਤੀਸ਼ਾ ਨਾਦੀਨ ਸੰਧੀ ਆਪਣੀ ਵਚਨਬੱਧਤਾ ਪੂਰੀ ਕਰਨੀ ਚਾਹੀਦੀ ਹੈ ਬੀਤੇ ਹਫਤੇ ਪੁੰਛ ਵਿੱਚ ਹੋਏ ਆਤਵਾਦੀ ਹਮਲੇ ਨੂੰ ਵੇਖਦਿਆਂ ਵਿਦੇਸ਼ ਮੰਤਰੀ ਦਾ ਬਿਆਨ ਕਾਫੀ ਹੈਮੇ ਇਸ ਹਮਲੇ ਵਿੱਚ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ ਮਈ ਵਿੱਚ ਭਾਰਤ ਵਿੱਚ ਹੋਣ ਵਾਲੀ ਐਸਈਓ ਮੀਟਿੰਗ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਫੋਟੋ ਜ਼ਰਦਾਰੀ ਦੇ ਸ਼ਾਮਲ ਹੋਣ ਸੰਬੰਧੀ ਪਾਕਿਸਤਾਨ ਦੇ ਐਲਾਨ ਦੇ ਕੁਝ ਘੰਟਿਆਂ ਬਾਅਦ ਹੀ ਪੁੰਛ ਵਿੱਚ ਇਹ ਆਤਵਾਦੀ ਹਮਲਾ ਹੋਇਆ ਸੀ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੂ ਨੇ ਮਣੀਪੁਰ ਦੇ ਇਮਫਾਲ ਵਿੱਚ ਰਾਸ਼ਟਰੀ ਖੇਡ ਯੂਨੀਵਰਸਿਟੀ ਦੇ ਨਵੇਂ ਖੇਡ ਪਰਸਦ ਦੇ ਜਾਰੀ ਨਿਰਮਾਣ ਕਾਰਜਾਂ ਦਾ ਅੱਜ ਨਿਰੀਖਣ ਕੀਤਾ। ਮਣੀਪੁਰ ਦੇ ਖੇਡ ਮੰਤਰੀ ਕੇ ਗੋਵਿੰਦ ਦਾਸ ਅਤੇ ਕੇਂਦਰ ਦੀ ਰਾ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਉਹਨਾਂ ਨਾਲ ਮੌਜੂਦ ਸਨ। ਅਨੁਰਾਗ ਸਿੰਘ ਠਾਕੂ ਨੇ ਇੱਕ ਸਮੀਖਿਆ ਬੈਠਕ ਦੀ ਪ੍ਰਦਾਨਗੀ ਕੀਤੀ। ਰਾਸ਼ਟਰੀ ਖੇਡ ਯੂਨੀਵਰਸਿਟੀ ਅੰਤਰਰਾਸ਼ਟਰੀ ਮਾਣਕਾਂ ਮੁਤਾਬਕ ਪਹਿਲੀ ਮੁਕੰਮਲ ਖੇਡ ਯੂਨੀਵਰਸਿਟੀ ਹੈ। ਪਿਛਲੇ 5 ਸਾਲਾਂ ਤੋਂ ਕਲਾਸਾਂ ਤੇ ਹੋਰ ਖੇਡ ਗਤੀਵਿਧੀਆਂ ਖੁਮਾਨ ਲੰਪਾਕ ਖੇਡ ਸਟੇਡੀਅ ਕੇਂਦਰ ਵਜੋਂ ਚਲਾਈਆਂ ਜਾ ਰਹੀਆਂ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਬੀਤੇ ਦਿਨੀ ਗ੍ਰਿਫਤਾਰ ਕੀਤੇ ਗਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਪਾਰੇ ਪੰਜਾਬ ਸਰਕਾਰ ਨੇ ਆਪਣੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਪੇਸ਼ ਦਿੱਤੀ ਹੈ ਖਬਰ ਏਜੰਸੀ ਹਿੰਦੁਸਤਾਨ ਸਮਾਚਾਰ ਅਨੁਸਾਰ ਕਮੀ ਜਾਂਚ ਏਜੰਸੀ ਐਨਆਈਏ ਨੇ ਵੀ ਇਸ ਬਾਰੇ ਆਪਣੀ ਸ਼ੁਰੂਆਤੀ ਜਾਂਚ ਰਿਪੋਰਟ ਗ੍ਰਹਿ ਮੰਤਰਾਲਾ ਨੂੰ ਭੇਜੀ ਹੈ ਦੱਸਿਆ ਜਾਂਦਾ ਹੈ ਕਿ ਫਰਾਰ ਹੋਣ ਸਮੇਂ ਅਮਰਿਤਪਾਲ ਵਿਦੇਸ਼ੀ ਨੰਬਰ ਦੀ ਵਰਤੋਂ ਕਰ ਰਿਹਾ ਸੀ ਅਤੇ WhatsApp ਕਾਲਿੰਗ ਰਾਹੀਂ ਆਪਣੇ ਸਾਥੀਆਂ ਦੇ ਸੰਪਰਕ ਵਿੱਚ ਸੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਅਮਰਿਤਪਾਲ ਦੇ ਫਰਾਰ ਹੋਣ ਤੋਂ ਗ੍ਰਿਫਤਾਰੀ ਤੱਕ ਦੇ ਸਮੇਂ ਸੰਬੰਧੀ ਪੂਰੀ ਰਿਪੋਰਟ ਭੇਜਣ ਲਈ ਆਖਿਆ ਸੀ ਆទਿਜਨਤਾ ਪਾਰਟੀ ਦੇ ਸਿਨਰ ਆਗੂ ਤੇ ਜਨੰਦਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਦੇ ਇੰਚਾਰਜ ਡਾਕਟਰ ਮਹਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਹਰਮਨ ਪਿਆਰੇ ਹੋਣ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਅਤੇ ਵਰਕਰ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਬੀਜੇਪੀ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਨੇ ਇਸ ਲੜੀ ਵਿੱਚ ਕਰਤਾਰਪੁਰ ਅਸੈਂਬਲੀ ਹਲਕੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਕਈ ਕਾਂਗਰਸੀ ਅਤੇ ਉਹਨਾਂ ਦੇ ਸਮਰਥਕ ਅੱਜ ਬੀਜੇਪੀ ਵਿੱਚ ਸ਼ਾਮਲ ਹੋਏ ਡਾਕਟਰ ਮਹਿੰਦਰ ਸਿੰਘ ਨੇ ਇਹਨਾਂ ਨੂੰ ਪਾਰਟੀ ਦੇ ਸਰੂਪੇ ਨਾਲ ਸਨਮਾਨਿਤ ਕਰਕੇ ਨਵੇਂ ਮੈਂਬਰ ਵਿੱਚੋਂ ਮੈਂਬਰਸ਼ਿਪ ਪ੍ਰਦਾਨ ਕੀਤੀ ਇਸ ਦੀ ਪਾਰਟੀ ਦੀ ਕੌਮੀ ਕਾਰਜਕਾਰੀ ਦੇ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸੂਬਾ ਮੀਤ ਪ੍ਰਦਾਨ ਰਕੇਸ਼ ਰਾਠੌਰ ਸਮੇਤ ਹੋਰ ਆਗੂ ਮੌਜੂਦ ਰਹੇ ਡਾਕਟਰ ਮਹਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ạtਵਾਲ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੋਜਨ ਸਮਾਜ ਪਾਰਟੀ ਕਰ ਚੁਰ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਐਸਸੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਪੈਸੇ ਦੀ ਗਲਤ ਵੰਡ ਕਰਨ ਦੇ ਦੋਸ਼ੀ ਨਿੱਜੀ ਸਿੱਖਿਆ ਅਦਾਰਿਆਂ ਖਿਲਾਫ ਐਫਆਈਆਰ ਦਰਜ ਨਾ ਕਰਨ ਦਾ ਫੈਸਲਾ ਲੈ ਕੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਹਿੱਤਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਜਲੰਧਰ ਜ਼ਿਲ੍ਹੇ ਦੇ ਤਲੰਣ ਵਿੱਚ ਅੱਜ ਇੱਕ ਚੋਨ ਰੈਲੀ ਨੂੰ ਸੰਬੋਧਿਤ ਕਰਦਿਆਂ ਉਹਨਾਂ ਕਿਹਾ ਕਿ ਜਲੰਧਰ ਤੇ ਚੰਡੀਗੜ੍ਹ ਦੀਆਂ ਦੋ ਨਿੱਜੀ ਯੂਨੀਵਰਸਿਟੀਆਂ ਨੇ ਐਸਸੀ ਵਿਦਿਆਰਥੀਆਂ ਦਾ ਤਕਰੀਬਨ 100 ਕਰੋੜ ਰੁਪਏ ਦੇਣਾ ਹੈ ਤੇ ਉਸ ਵੇਲੇ ਦੀ ਸਰਕਾਰ ਵੱਲੋਂ ਇਹਨਾਂ ਯੂਨੀਵਰਸਿਟੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਆ ਕਿਹਾ ਕਿ ਮੁੱਖ ਮੰਤਰੀ ਭਾਵੇਂ ਸਕਾਲਰਸ਼ਿਪ ਸਕੀਮ ਦਾ ਪੈਸਾ ਜਾਰੀ ਕਰਨ ਦੀ ਗੱਲ ਕਰਦੇ ਰਹੇ ਨੇ ਪਰ ਇਹ ਹਕੀਕਤ ਤੋਂ ਕੋਹਾਂ ਦੂਰੇ। ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 20 ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਕੱਲ ਸ਼ਾਮ 3 ਵਜੇ ਨਾਮਜ਼ਦਗੀ ਹਵਾਪਸ ਲੈਣ ਦਾ ਸਮਾਂ ਖਤਮ ਹੋਣ ਮਗਰੋਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ। ਇਸ ਦੌਰਾਨ ਪਾਰਚੋਣ ਕਮਿਸ਼ਨ ਵੱਲੋਂ ਨਿਯੁਕਤ ਖਰਚਾ ਨਿਗਰਾਨ ਰਜੀਵ ਸ਼ੰਕਰ ਕਿਟੂਰ ਨੇ ਚੋਣ ਸਰਗਰਮੀਆਂ ਤੇ ਨਜ਼ਰਸਾਨੀ ਲਈ ਲਗਾਈਆਂ ਵੱਖ-ਵੱਖ ਟੀਮਾਂ ਦੇ ਨੋਡਲ ਅਪਸਰਾ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਚੋਣਾ ਅਤੇ ਖਰਚੇ ਨਾਲ ਸੰਬੰਧਿਤ ਸਾਰਾ ਰਿਕਾਰਡ ਰੱਖਣ ਦੇ ਨਿਰਦੇਸ਼ ਦਿੱਤੇ। ਉਡੰਦਸਤਿਆਂ ਵੀਡੀਓ ਸਰਵੇਲੈਂਸ ਟੀਮਾਂ ਤੇ ਕੈਮਰੇ ਵਾਲੇ ਵਾਨਾਂ ਦੇ ਸਟਾਫ ਵਲੀਆਂ ਮੀਟੀਆਂ ਵਲੀਆਂ ਥਾਵਾਂ ਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਜਗਤਗੁਰ ਨਾਨਕ ਦੇਵ ਪੰਜਾਬ ਸਟੇਟ オーਪਨ ਯੂਨੀਵਰਸਿਟੀ ਪਟਿਆਲਾ ਨੇ ਸੈਂਟਰ ਫਾਰ ਕਲਚਰ ਰਿਸੋਰਸਸ ਐਂਡ ਟ੍ਰੇਨਿੰਗ ਸੀਸੀਆਰਟੀ ਦਿੱਲੀ ਨਾਲ ਇੱਕ ਐਮਓਯੂ ਸહીਬਤ ਕੀਤਾ ਹੈ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋਫੈਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਸੱਭਿਆਚਾਰ ਮੰਤਰਾਲਾ ਤਹਿਤ ਸਥਾਪਿਤ ਸੀਸੀਆਰਟੀ ਪਾਠਕ੍ਰਮ ਵਿੱਚ ਸੱਭਿਆਚਾਰਕ ਖੇਸਿਆਂ ਨੂੰ ਸ਼ਾਮਿਲ ਕਰਨ ਲਈ ਵਿਧੀਆਂ ਤਿਆਰ ਕਰਦਾ ਹੈ ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਸਮਝਦੇ ਹੋਏ ਯੂਨੀਵਰਸਿਟੀ ਅਤੇ ਸੀਸੀਆਰਟੀ ਕੌਮੀ ਵਿਰਾਸਤੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਾਗਮਾਂ ਦਾ ਆਯੋਜਨ ਕਰਨਗੇ ਅੱਜ ਵਿਸ਼ਵ ਮਲੇਰੀਆ ਦਿਵਸ ਹੈ ਮਲੇਰੀਆ ਤੇ ਕਾਬੂ ਪਾਉਣ ਲਈ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ ਯਤਨਾਂ ਨੂੰ ਮਾਨਤਾ ਦੇਣ ਲਈ ਹਰ ਸਾਲ 25 ਅਪ੍ਰੈਲ ਨੂੰ ਮਲੇਰੀਆ ਦਿਵਸ ਵਜੋਂ ਮਨਾਇਆ ਜਾਂਦਾ ਹੈ ਮਲੇਰੀਆ ਪਰਜੀਨੀਆ ਰਹੀ ਹੋਣ ਵਾਲੀ ਇੱਕ ਬਿਮਾਰੀ ਹੈ ਜਿਹੜੀ ਸੰਕਰਮਿਤ ਮਾਦਾ ਐਨੋਫੀਲਿਸ ਮੱਛਰ ਦੇ ਕੱਟਣ ਨਾਲ ਲੋਕਾਂ ਵਿੱਚ ਫੈਲਦੀ ਹੈ ਇਹ ਰੋਗਤਾਮ ਯੋਗ ਤੇ ਲਾਯੋਗੇ ਮਲੇਰੀਆ ਦੀ ਲੱਛਣਾਂ ਵਿੱਚ ਤੇਜ਼ ਬੁਖਾਰ, ਠੰਡ, ਸਿਰਦਰਦ ਅਤੇ ਹੋਰ ਫਲੂ ਵਰਗੇ ਲੱਛਣ ਸ਼ਾਮਲ ਨੇ ਭਾਰਤ ਵਿੱਚ 2015 ਤੋਂ 2022 ਤੱਕ ਮਲੇਰੀਆ ਦੇ ਮਾਮਲਿਆਂ ਵਿੱਚ 85.1% ਦੀ ਵਾਧਾ ਅਤੇ ਮੌਤਾਂ ਵਿੱਚ 83.36% ਦੀ ਕਮੀ ਆਈ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅਗਲੇ 2 ਦਿਨ ਦੌਰਾਨ ਮੌਸਮ ਆਮ ਤੌਰ ਤੇ ਸਾਫ਼ ਪੜਿਆ ਰਹੇਗਾ ਹਾਲਾਂਕਿ 27 ਅਪ੍ਰੈਲ ਨੂੰ ਕਿਤੇ-ਕਿਤੇ 28 ਤੋਂ 29 ਅਪ੍ਰੈਲ ਨੂੰ ਸਵੇਰੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਦੇ ਇੱਕ ਵਾਰ ਫਿਰ ਖਰਾਬ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਪ੍ਰਗਟਾਈ ਹੈ ਅਤੇ ਯੈਲਰ ਅਲਰਟ ਜਾਰੀ ਕੀਤਾ ਹੈ ਇਜ਼ਰਾਨ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਨੇ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਮੌਸਮ ਮਾਹਿਰਾ ਮੁਤਾਬਕ ਉੱਤਰ ਪੱਛਮੀ ਰਾਜਸਥਾਨ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਛਮੀ ਪੌਣਾ ਦੀ ਗੜਬੜੀ ਦੇ ਚੱਲਦਿਆਂ ਮੌਸਮ ਵਿੱਚ ਇਹ ਬਦਲਾਅ ਹੋ ਸਕਦਾ ਹੈ ਇਸ ਨਾਲ ਦਿਨ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਕਾਰਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਤੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਰਕਾਰ ਸਹਿਕਾਰੀ ਸੰਗਠਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਤਿਰੂਵਨੰਤਪੁਰਮ ਸੈਂਟਰਲ ਰੇਲਵੇ ਸਟੇਸ਼ਨ ਤੋਂ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾਈ। ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਨੁਸਾਰ ਭਾਰਤ ਵਿਰੁੱਧ ਸਰਹੱਦ ਪਾਰੋਂ ਆਤਵਾਦ ਵਿੱਚ ਸ਼ਾਮਿਲ ਕਿਸੇ ਗਵਾਂਡੀ ਨਾਲ ਗੱਲਬਾਤ ਕਰਨਾ ਮੁਸ਼ਕਿਲ ਹੈ। ਜਲੰਧ ਦੇ ਲੋਕ ਸਭਾ ਹਲਕੇ ਦੀ ਜ਼ਿਮੀਂ ਚੋਣ ਲਈ કુલ 19 ਉਮੀਦਵਾਰ ਚੋਣ ਮੈਦਾਨ ਵਿੱਚ ਮੌਸਮ ਵਿਭਾਗ ਨੇ 27 ਤੋਂ 29 ਅਪ੍ਰੈਲ ਤੱਕ ਮੌਸਮ ਦੇ ਇੱਕ ਵਾਰ ਫਿਰ ਵਿਗੜਨ ਦੀ ਸੰਭਾਵਨਾ ਦੱਸਦਿਆਂ yellow alert ਕੀਤਾ جاری ਰਿਹਾ ਤੇ ਇਸ ਨਾਲ ਹੀ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਇਜਾਜ਼ਤਿਓ ਨਮਸਕਾਰ